ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਅੰਦਰ ਖੂਨਦਾਨ ਕੈਂਪ ਲਗਾਉਣ ਲਈ ਇੱਕ ਵਿਸ਼ੇਸ਼ ਬੱਸ ਤਿਆਰ ਕਰਵਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਸ਼੍ਰੀ ਅੰਮ੍ਰਿਤਸਰ ਦੀ ਦੇਖ ਰੇਖ ਇਹ ਮੋਬਾਈਲ ਖੂਨਦਾਨ ਕੈਂਪ ਲਗਾਉਣ ਲਈ ਆਧੁਨਿਕ ਸਹੂਲਤਾਂ ਵਾਲੀ ਬੱਸ ਦੀ ਸੇਵਾ HDFC ਬੈਂਕ ਨੇ ਕੀਤੀ ਹੈ। ਇਸ ਬੱਸ ਨੂੰ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੇ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਬੱਸ ਨੂੰ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਹਸਪਤਾਲ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇ ਰਿਹਾ ਹੈ। ਕੋਰੋਨਾ ਦੇ ਦੌਰ ਅੰਦਰ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਕੋਰੋਨਾ ਮਰੀਜ਼ਾਂ ਨੂੰ ਸਮਰਪਿਤ ਕੀਤਾ ਗਿਆ ਹੈ, ਉੱਥੇ ਪੰਜਾਬ ਅੰਦਰ ਵੱਖ ਵੱਖ ਥਾਵਾਂ 'ਤੇ ਵਾਰਡ ਤਿਆਰ ਕਰਕੇ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਅਜਿਹੇ ਵਿੱਚ ਖੂਨ ਦੀ ਲੋੜ ਮਰੀਜ਼ਾਂ ਨੂੰ ਅਕਸਰ ਬਣੀ ਰਹਿੰਦੀ ਹੈ, ਜਿਸ ਦੀ ਪੂਰਤੀ ਲਈ ਸ਼੍ਰੋਮਣੀ ਕਮੇਟੀ ਅਤੇ ਮੈਡੀਕਲ ਕਾਲਜ ਵਿੱਚ ਬਲੱਡ ਬੈਂਕ ਦਾ ਪ੍ਰਬੰਧ ਹੈ। ਬਹੁਤ ਸਾਰੇ ਖੂਨਦਾਨੀ ਮਾਨਵਤਾ ਦੀ ਭਲਾਈ ਲਈ ਤਤਪਰ ਰਹਿੰਦੇ ਹਨ, ਪਰੰਤੂ ਕੋਰੋਨਾ ਦੇ ਮੌਜੂਦਾ ਸੰਕਟਮਈ ਦੌਰ ਅੰਦਰ ਲੋਕਾਂ ਦਾ ਹਸਪਤਾਲ ਵੇਖੇ ਆ ਕੇ ਖੂਨਦਾਨ ਕਰਨਾ ਮੁਸ਼ਕਲ ਹੈ। ਇਸ ਲਈ ਸ਼੍ਰੋਮਣੀ ਕਮੇਟੀ ਨੇ ਵੱਖ ਵੱਖ ਥਾਵਾਂ 'ਤੇ ਖੂਨਦਾਨ ਕੈਂਪ ਲਗਾਉਣ ਲਈ ਬੱਸ ਤਿਆਰ ਕਰਵਾਈ ਹੈ, ਜਿਸ ਦੀ ਸੇਵਾ HDFC ਬੈਂਕ ਵੱਲੋਂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਬੱਸ ਅੰਦਰ ਇੱਕ ਸਮੇਂ 2 ਲੋਕ ਖੂਨਦਾਨ ਕਰ ਸਕਣਗੇ। ਉਹਨਾਂ ਆਸ ਪ੍ਰਗਟਾਈ ਹੈ ਕਿ ਇਸ ਨਾਲ ਲੋੜਵੰਦਾਂ ਨੂੰ ਖੂਨ ਦੀ ਕਿੱਲਤ ਤੋਂ ਰਾਹਤ ਮਿਲੇਗੀ। ਬੀਬੀ ਜਗੀਰ ਕੌਰ ਨੇ ਇਸ ਦੌਰਾਨ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੱਖ ਵੱਖ ਥਾਵਾਂ ਬਣਾਏ ਗਏ ਕੋਵਿਡ ਕੇਅਰ ਸੈਂਟਰ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੇ ਹਨ। ਉਹਨਾਂ ਦੱਸਿਆ ਕਿ ਆਲਮਗਿਰੀ ਲੁਧਿਆਣਾ ਵਿਖੇ ਹੁਣ ਤੱਕ ਕਰੀਬ 150 ਕੋਰੋਨਾ ਮਰੀਜ਼ ਠੀਕ ਹੋ ਚੁੱਕੇ ਹਨ। ਇਸੇ ਤਰ੍ਹਾਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਅਤੇ ਭੁੱਲਰ ਵਿਖੇ ਵੀ ਵੱਡੀ ਗਿਣਤੀ ਵਿੱਚ ਕੋਰੋਨਾ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਗਈਆਂ ਹਨ। ਬੀਬੀ ਜਗੀਰ ਕੌਰ ਨੇ ਜਾਣਕਾਰੀ ਦਿੱਤੀ ਕਿ ਅਗਲੇ ਦਿਨਾਂ ਅੰਦਰ ਆਦਮਪੁਰ, ਸੰਗਰੂਰ, ਰੋਪੜ ਅਤੇ ਫਿਰੋਜ਼ਪੁਰ ਵਿਖੇ ਵੀ ਅਜਿਹੇ ਕੋਵਿਡ ਕੇਅਰ ਕੇਂਦਰ ਖੋਲ੍ਹੇ ਜਾਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸਰਬੱਤ ਦੇ ਭਲੇ ਦੇ ਵਾਸਤੇ ਸਮੇਂ ਸਮੇਂ ਦੇ ਨਾਲ ਕੁੱਝ ਨਾ ਕੁੱਝ ਸੇਵਾ ਵਿੱਚ ਹਾਜ਼ਰ ਹੋ ਕੇ ਆਪਣੇ ਫਰਜ਼ ਪੂਰੇ ਕਰਦੀ ਹੈ। ਇਸੇ ਕਰਕੇ ਲਗਾਤਾਰ ਜਦੋਂ ਤੋਂ ਲੈ ਕੇ ਸੰਕਟ ਬਣਿਆ ਉਦੋਂ ਤੋਂ ਲੈ ਕੇ ਯਤਨਸ਼ੀਲ ਹੈ ਕਿ ਅਸੀਂ ਕਿਸੇ ਢੰਗ ਦੇ ਨਾਲ ਮਨੁੱਖਤਾ ਦੀ ਸੇਵਾ ਕਰ ਸਕੀਏ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਮੈਂਬਰ ਸਾਹਿਬਾਨ, ਸਾਡੇ ਬੈਠੇ ਸਤਿਕਾਰਯੋਗ, ਸਾਡੇ ਮਾਣਯੋਗ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ, ਜਿਹੜੇ ਕਿ ਲੰਬਾ ਸਮਾਂ ਉਹਨਾਂ ਨੇ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਆਪਣੀਆਂ ਸੇਵਾਵਾਂ ਨਿਭਾਈਆਂ। ਸ੍ਰੀ ਦਰਬਾਰ ਸਾਹਿਬ ਚ ਬਤੌਰ ਗ੍ਰੰਥੀ ਵੀ ਸੇਵਾਵਾਂ ਨਿਭਾਈਆਂ ਤੇ ਉਹਨਾਂ ਨੇ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਬਾਣੀ, ਵਿਆਕਰਨ, ਗੁਰਬਾਣੀ ਦੇ ਗਿਆਤਾ ਸਨ, ਉਹਦੇ ਰਾਹੀਂ ਪਾਠ ਬੋਧ ਸਮਾਗਮ ਕਰਕੇ ਸ਼ੁੱਧ ਬਾਣੀ ਦੇ ਉਚਾਰਨ ਕਰਨ ਵਾਸਤੇ ਤੇ ਸਾਰੀ ਜ਼ਿੰਦਗੀ, ਭਾਵੇਂ ਉਹ ਜਥੇਦਾਰ ਸੀ ਭਾਵੇਂ ਨਹੀਂ ਸੀ, ਉਹਨਾਂ ਨੇ ਆਪਣੇ ਫਰਜ਼ ਇੰਨੇ ਲਗਨ ਨਾਲ ਪੂਰੇ ਕੀਤੇ ਹੈ ਕਿ ਉਹਨਾਂ ਦੇ ਮਨ 'ਚ ਹੁੰਦੀ ਸੀ ਕਿ ਹਰ ਸਿੱਖ ਦੇ, ਹਰ ਸ਼ਰਧਾਵਾਨ ਦੇ, ਹਰ ਗੁਰਸਿੱਖ ਦੇ ਹਿਰਦੇ ਵਿੱਚ ਬਾਣੀ ਜਿਹੜੀ ਹੈ ਸ਼ੁੱਧ ਵਸੇ। ਉਹਨਾਂ ਦਾ ਇੱਕ ਸੁਪਨਾ ਸੀ, ਸੰਕਲਪ ਸੀ, ਉਹਨੂੰ ਪੂਰਾ ਕਰਨ ਵਾਸਤੇ ਅੱਜ ਧਰਮ ਪ੍ਰਚਾਰ ਕਮੇਟੀ ਵੱਲੋਂ, ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਫੈਸਲਾ ਕੀਤਾ ਸੀ ਕਿ ਧਰਮ ਪ੍ਰਚਾਰ ਦੇ ਖੇਤਰ ਵਿੱਚ ਅਸੀਂ ਜਿਹੜਾ ਉਹਨਾਂ ਦਾ ਸੁਪਨਾ ਅਜੇ ਅਧੂਰਾ ਰਹਿ ਗਿਆ ਹੋਊਗਾ, ਉਹਨਾਂ ਦਾ ਚਾਅ ਨਹੀਂ ਪੂਰਾ ਹੋ ਸਕਿਆ, ਉਹਨੂੰ ਅਸੀਂ ਸਮਰਪਿਤ ਕਰਕੇ ਅੱਜ ਅਸੀਂ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਚਾਰਕਾਂ ਨੂੰ ਆਨਲਾਈਨ ਕੋਰਸ ਜਿਹੜੇ ਹੈ ਵਿਦਵਾਨਾਂ ਦੀਆਂ ਕਲਾਸਾਂ ਲਾ ਕੇ ਪਹਿਲਾਂ ਕਰਨ ਲੱਗੇ। ਵਿਦਵਾਨਾਂ ਨੇ ਅੱਜ ਕਲਾਸਾਂ ਸ਼ੁਰੂ ਕੀਤੀਆਂ, ਉਹਨਾਂ ਦੇ ਸਾਥੀ ਪਰਮਿੰਦਰ ਸਿੰਘ ਜੀ ਜਿਹੜੇ ਹਮੇਸ਼ਾ ਨਾਲ ਰਹਿੰਦੇ ਸੀ ਉਹਨਾਂ ਨੇ ਸ਼ੁਰੂ ਕਰਵਾਇਆ। ਇਹ ਪਹਿਲਾਂ ਵਿਦਵਾਨ ਸਾਰੇ ਉੱਚ ਕੋਟੀ ਦੇ ਆ ਕੇ ਕਲਾਸਾਂ ਲਾਉਣਗੇ ਆਪਣੇ ਪ੍ਰਚਾਰਕਾਂ ਦੀਆਂ, ਫਿਰ ਪ੍ਰਚਾਰਕ ਜਿਹੜੇ, ਕਿਉਂਕਿ ਰਿਫਰੈਸ਼ਰ ਕੋਰਸਿਸ ਬਹੁਤ ਜ਼ਰੂਰੀ ਹੈ, ਉਹਨਾਂ ਤੋਂ ਬਾਅਦ ਪ੍ਰਚਾਰਕ ਜਿਹੜੇ ਹੈ ਸਾਡੇ ਸਕੂਲਾਂ ਕਾਲਜਾਂ ਦੇ ਜਾਂ ਜਿਹੜੇ ਵਿਦਿਆਰਥੀ ਪੜ੍ਹਨ ਜਾਣ, ਪੜ੍ਹਨਾ ਚਾਹੁਣ, ਉਹਨਾਂ ਦੇ ਨਾਲ ਆਨਲਾਈਨ ਕਲਾਸਾਂ ਲੈਣਗੇ। ਉਹਨਾਂ ਨੂੰ ਸ਼ੁੱਧ ਬਾਣੀ ਦਾ ਉਚਾਰਨ ਕਰਨਾ, ਸ਼ੁੱਧ ਵਿਆਕਰਨ ਦੇ ਸੰਬੰਧ ਵਿੱਚ ਦੱਸਣਾ, ਲਗਾ, ਕਰਨਾ, ਮਾਤਰਾ, ਸਿਹਾਰੀ, ਬਿਹਾਰੀ, ਔਂਕੜ, ਦਲੈਂਕੜੇ, ਉਹਦਾ ਕੀ ਮਤਲਬ ਹੈ, ਹਰ ਚੀਜ਼ ਸਮਝਾਉਣ ਵਾਸਤੇ ਉਹਨਾਂ ਨੇ ਅੱਜ ਕਾਲ ਸ਼ੁਰੂ ਕੀਤਾ, ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੇ ਮਨ 'ਚ ਜਿਹੜੇ ਚਾਅ ਸੀ ਉਹਦੀ ਘਾਟ ਨਹੀਂ ਅਸੀਂ ਪੂਰੀ ਕਰ ਸਕਦੇ,
ਜਿਹੜਾ ਖਲਾਅ ਪੂਰਾ ਪੈਦਾ ਹੋਇਆ ਉਹਨੂੰ ਅਸੀਂ ਸਮਰਪਿਤ ਕਰਕੇ ਇਹ ਕਲਾਸਾਂ ਸ਼ੁਰੂ ਕੀਤੀਆਂ ਤਾਂ ਜੋ ਸਾਡਾ ਜਿਹੜਾ ਉਹਨਾਂ ਦਾ ਸੁਪਨਾ ਹੁੰਦਾ ਸੀ ਉਹਨੂੰ ਅਸੀਂ ਕੁਝ ਨਾ ਕੁਝ ਅਚੀਵ ਕਰ ਸਕੀਏ। ਉਸ ਤੋਂ ਬਾਅਦ ਸਾਡੇ ਵਿਦਿਆਰਥੀਆਂ ਨੂੰ ਕਿਊਜ਼ ਮੁਕਾਬਲੇ, ਗੁਰਬਾਣੀ ਇਕੱਠ ਮੁਕਾਬਲੇ, ਦਸਤਾਰ ਮੁਕਾਬਲੇ, ਲਿਖਣ ਬਾਣੀ ਲਿਖਣ ਦੇ ਮੁਕਾਬਲੇ, ਸਾਰੇ ਜਿਹੜੇ ਮੁਕਾਬਲੇ ਕਰਾਏ ਜਾਣਗੇ ਉਹ ਵੀ ਆਨਲਾਈਨ। ਜੇ ਵਾਹਿਗੁਰੂ ਨੇ ਕਿਰਪਾ ਕੀਤੀ ਖੁੱਲੇ ਪੰਡਾਲ ਸਜਣਗੇ, ਦੀਵਾਨ ਸਜਣਗੇ, ਜਿੰਨੀ ਚਿਰ ਤੱਕ ਨਹੀਂ ਸਜ ਸਕਦੇ ਉਹ ਆਨਲਾਈਨ ਜਿਹੜੇ ਸਮਾਗਮ ਹੈ ਉਹ ਕੀਤੇ ਜਾਣਗੇ। ਦੂਸਰਾ ਜਿਹੜਾ ਅੱਜ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਸੇਵਾਵਾਂ ਨਿਭਾਉਣ ਵਿੱਚ ਜਿੰਨੇ ਯਤਨ ਕਰ ਰਹੀ ਹੈ, ਅੱਜ ਕੋਰੋਨਾ ਮਹਾਂਮਾਰੀ ਦੇ ਵਿੱਚ COVID-19 ਦੇ ਸੰਬੰਧ ਵਿੱਚ ਬਹੁਤ ਯਤਨ ਕੀਤੇ ਜਾ ਰਹੇ ਹੈ, ਪਰ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਜਿਹੜੇ ਅਸੀਂ ਕੋਵਿਡ ਕੇਅਰ ਸੈਂਟਰ ਖੋਲ੍ਹੇ ਹੈ ਉਹਦੇ ਵਿੱਚ ਅਸੀਂ ਪਹਿਲਾਂ 20-25 ਬੈੱਡ ਰੱਖੇ, ਉਸ ਤੋਂ ਬਾਅਦ ਅੱਜ ਹੋਰ ਜ਼ਿਆਦਾ ਵਾਧਾ ਹੋ ਰਿਹਾ। ਤਲਵੰਡੀ ਸਾਬੋ ਅਸੀਂ ਪਹਿਲਾਂ ਸਿਰਫ 25 ਲਾਏ ਸੀਗੇ ਕੰਸੈਂਟਰੇਟਰ, ਪਰ ਅੱਜ ਸਾਨੂੰ ਉੱਥੇ ਵਧਾਉਣੇ ਪੈ ਗਏ। ਜਿਉਂ ਜਿਉਂ ਮੰਗ ਆਉਂਦੀ ਅਸੀਂ ਹੋਰ ਅੱਗੇ ਵਧਾਉਂਦੇ। ਇਸੇ ਤਰ੍ਹਾਂ ਆਲਮਗੀਰ ਮੇਰੇ ਖਿਆਲ 150 ਜਿਹੜੇ ਸੀ ਮਰੀਜ਼ ਉੱਥੋਂ ਠੀਕ ਹੋ ਕੇ ਬਾਹਰ ਨਿਕਲ ਗਏ ਔਰ ਖੁਸ਼ ਹੋ ਕੇ ਜਾ ਰਹੇ ਹੈ ਕਿ ਜਿੰਨੀ ਕੁ ਸਾਨੂੰ ਲੋੜ ਸੀ। ਆਮ ਅਸੀਂ ਹਸਪਤਾਲਾਂ ਵਿੱਚ ਜਾ ਕੇ ਕਈ ਵਾਰੀ ਬਹੁਤ ਅਸੀਂ ਜੋਖਮ 'ਚ ਪੈਂਦੇ ਹਾਂ, ਬੜੀਆਂ ਤਕਲੀਫਾਂ ਆਉਂਦੀਆਂ, ਬੜਾ ਖਰਚ ਹੁੰਦਾ, ਉਹ ਬੜੀ ਰਾਹਤ ਮਹਿਸੂਸ ਕਰਦੇ ਹੈ ਕਿ ਕਮ ਸੋ ਕਮ ਸਾਨੂੰ ਜਿਹੜਾ ਮੁੱਢਲਾ ਘਰ ਤੋਂ ਲੈ ਕੇ ਹਸਪਤਾਲ ਤੱਕ ਲੋੜ ਪੈਂਦੀ ਜਿਸ ਚੀਜ਼ ਦੀ, ਕਿ 85 ਤੱਕ ਜਿਸ ਦੀ ਆਕਸੀਜਨ ਹੋਵੇ ਉਹਨੂੰ ਰਾਹਤ ਮਿਲ ਜਾਂਦੀ ਹੈ, ਨਹੀਂ ਤਾਂ ਵੱਧ ਜਾਂਦਾ ਘਰ 'ਚ ਬੈਠ ਕੇ। ਘਰ 'ਚ ਜੇ ਰਹਿਣਗੇ ਤਾਂ ਵੱਧ ਜਾਏਗਾ ਆਕਸੀਜਨ, ਘੱਟ ਜਾਏਗੀ, ਫੇਫੜੇ 'ਤੇ ਅਸਰ ਹੋ ਜਾਏਗਾ, ਜਿਹਦੇ ਨਾਲ ਤਕਲੀਫ ਜਿਹੜੀ ਵੱਧ ਜਾਂਦੀ। ਸੋ ਉਹ ਸਾਰੀ ਸਹੂਲਤ ਜਿਹੜੀ ਹੈ ਅੱਜ ਵੱਡੇ ਲੈਵਲ 'ਤੇ ਦਿੱਤੀ ਜਾ ਰਹੀ ਹੈ। 3 ਸੈਂਟਰ ਸਾਡੇ ਖੁੱਲ੍ਹ ਚੁੱਕੇ ਹੈ, 4 ਸੈਂਟਰ ਥੋੜ੍ਹੇ ਦਿਨਾਂ 'ਚ ਇਸ ਹਫ਼ਤੇ ਦੇ ਵਿੱਚ ਅਸੀਂ ਖੁੱਲ੍ਹਣ ਜਾ ਰਹੇ। 4 ਸੈਂਟਰ ਖੁੱਲ੍ਹਣਗੇ, ਆਦਮਪੁਰ ਦੇ ਵਿੱਚ, ਸੰਗਰੂਰ 'ਚ, ਫਿਰੋਜ਼ਪੁਰ 'ਚ ਅਤੇ ਰੋਪੜ ਗੁਰਦੁਆਰਾ ਭੱਠਾ ਸਾਹਿਬ 'ਚ, ਗੁਰਦੁਆਰਾ ਵਜੀਦਪੁਰ ਫਿਰੋਜ਼ਪੁਰ 'ਚ, ਗੁਰਦੁਆਰਾ ਨਨਕਾਣਾ ਨਾਨਕਿਆਣਾ ਸਾਹਿਬ ਸੰਗਰੂਰ 'ਚ। ਸੋ ਇਸ ਢੰਗ ਦੇ ਨਾਲ ਅਸੀਂ ਜਿਹੜੇ ਸੈਂਟਰ ਹੈ ਉਹ ਖੁੱਲ੍ਹਣ ਜਾ ਰਹੇ ਹਾਂ। ਬੁਢਲਾਡਾ ਵੀ ਮੰਗ ਉੱਤੇ ਬਹੁਤ ਆ ਰਹੀ ਹੈ, ਲੇਕਿਨ ਸਾਡੀਆਂ ਅਜੇ ਤੱਕ ਜਿਹੜੀਆਂ ਸਾਡੇ ਡਾਕਟਰਸ ਦੀਆਂ ਟੀਮਾਂ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਸਾਨੂੰ ਯਤਨ ਕਰਨੇ ਪੈ ਰਹੇ। ਮੰਗ ਦੇ ਪਟਿਆਲੇ ਵੀ ਸੀ, ਸਾਰੇ ਪਾਸੇ ਹੈ, ਪਰ ਕਿਉਂਕਿ ਡਾਕਟਰਸ ਜਿੰਨਾ ਜਿੰਨਾ ਸਾਡਾ ਪ੍ਰਬੰਧ ਹੋਇਆ, ਪੈਰਾ ਮੈਡੀਕਲ ਸਟਾਫ, ਨਰਸਸ, ਫਾਰਮਾਸਿਸਟ ਸਾਨੂੰ ਚਾਹੀਦੇ ਜਿਹੜੇ, ਉਹਦੇ ਵਾਸਤੇ ਸਾਨੂੰ ਸਾਰਾ ਸਟਾਫ ਆਪਣੇ ਇੱਥੋਂ ਗੁਰੂ ਰਾਮਦਾਸ ਹੋਸਪਿਟਲ ਤੋਂ ਲੈ ਕੇ ਜਾਣਾ ਪੈ ਰਿਹਾ, ਜਿਹਦੇ ਕਰਕੇ ਸਾਨੂੰ ਕਈ ਵਾਰੀ ਸੋਚਣਾ ਪੈਂਦਾ ਕਿ ਅਸੀਂ ਹੁਣ ਕਿੱਥੇ ਖੋਲੀਏ ਕਿੱਥੇ ਨਾ ਖੋਲੀਏ। ਪਰ ਮੈਨੂੰ ਖੁਸ਼ੀ ਹੈ ਕਿ ਸਾਡੇ ਕੁਝ ਲੀਡਰ ਜਿਹੜੇ ਆ ਸਾਡਾ ਬੜਾ ਸਾਥ ਦੇ ਰਹੇ। ਜਿੱਥੇ ਭੱਠਾ ਸਾਹਿਬ ਗੁਰਦੁਆਰਾ ਰੋਪੜ ਦੇ ਵਿੱਚ ਅਸੀਂ ਖੋਲ੍ਹਣਾ ਸੀ, ਉਹ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਨੇ ਸਾਡਾ ਬੜਾ ਸਾਥ ਦਿੱਤਾ। ਸਾਡੇ ਮੈਂਬਰ ਸਾਹਿਬ ਬੈਠੇ ਨੇ ਖੇੜਾ ਸਾਹਿਬ, ਇਹਨਾਂ ਨੇ ਬੜਾ ਸਾਥ ਦਿੱਤਾ। ਇਹਨਾਂ ਨੇ ਉੱਥੇ ਸਾਰੇ ਡਾਕਟਰ AM ਜਿਹੜੀ ਇੰਡੀਅਨ ਮੈਡੀਕਲ IMA ਜਿਹੜੀ IMA ਐਸੋਸੀਏਸ਼ਨ ਹੈ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਉਹਨਾਂ ਦਾ ਸਾਥ ਲੈ ਲਿਆ। ਉਹਨਾਂ ਨੂੰ ਨਾਲ ਲਏ ਕਿ ਸਾਨੂੰ ਡਾਕਟਰਸ ਕਿਸੇ ਤਰੀਕੇ ਨਾਲ ਅਸੀਂ ਮੁਹੱਈਆ ਕਰ ਲਈਏ, ਔਰ ਆਪ ਹਾਇਰ ਕਰ ਲਿਆ ਨਰਸਸ ਨੂੰ, ਡਾਕਟਰਸ ਨੂੰ, ਰਿਟਾਇਰਡ ਡਾਕਟਰਸ ਨੂੰ, ਇਹਨਾਂ ਨੇ ਆਪਣੀ ਟੀਮ ਬਣਾ ਲਈ ਹੈ ਕਿ ਤੁਸੀਂ ਕੋਈ ਨਹੀਂ ਫਿਕਰ ਨਾ ਕਰੋ, ਅਸੀਂ ਡਾਕਟਰਸ ਦਾ ਪ੍ਰਬੰਧ ਕਰ ਲੈਂਦੇ ਹਾਂ, ਤੁਸੀਂ ਕੰਸੈਂਟਰੇਟਰ ਦੇ ਦਿਓ। ਸੋ ਮੈਂ ਸਮਝਦੀ ਹੈ ਕਿ ਸਾਡੇ ਵਾਸਤੇ ਇੱਕ ਵੱਡੀ ਸਹੂਲਤ ਪੈਦਾ ਕਰ ਦਿੱਤੀ ਹੈ, ਕਿਉਂਕਿ ਉਹ ਆਪ ਡਾਕਟਰ ਦੇ ਪੇਸ਼ੇ ਤੋਂ ਅੱਜ ਉਹਨਾਂ ਦੇ ਮਨ 'ਚ ਜਿਹੜਾ ਸੀਗਾ ਵੀ ਸੇਵਾ ਦਾ, ਉਹ ਕਹਿੰਦੇ ਤੁਸੀਂ ਆਪਣੇ ਯਤਨ ਕਰੋ, ਅਸੀਂ ਤੁਹਾਡੇ ਨਾਲ ਇਸ ਸੇਵਾ ਦੇ ਵਿੱਚ ਆਪ ਹਾਜ਼ਰ ਹੋਵਾਂਗੇ। ਇਸੇ ਤਰ੍ਹਾਂ ਆਦਮਪੁਰ ਦੇ ਵਿੱਚ ਪਵਨ ਕੁਮਾਰ ਟੀਨੂ ਨੇ, ਉੱਥੇ ਇੱਕ ਜੱਬੜ ਵਾਲੇ ਸੰਤ ਸਨ, ਉਹਨਾਂ ਨੇ ਹਸਪਤਾਲ ਖੋਲ੍ਹਿਆ ਸੀ, ਉਹ ਸਾਰਾ ਹਸਪਤਾਲ ਲੈ ਲਿਆ, ਸਾਰਾ ਸਟਾਫ ਲੈ ਲਿਆ। ਅਸੀਂ ਉਹਨਾਂ ਕੋਲ ਉੱਥੇ ਖੋਲ੍ਹਣ ਵਾਸਤੇ ਆਪਣੇ ਇਹ ਰੱਖਾਂਗੇ, ਸਮਾਨ ਰੱਖਾਂਗੇ, ਕੰਸੈਂਟਰੇਟਰ, ਅਤੇ ਉਹਦੇ ਨਾਲ ਸਾਡਾ ਇਹ ਫਾਇਦਾ ਹੋਏਗਾ ਕਿ ਸਾਨੂੰ ਸਟਾਫ ਦੀ ਉੱਥੇ ਲੋੜ ਨਹੀਂ ਪਏਗੀ, ਸਟਾਫ ਸਾਡੀ ਉਹ ਸੇਵਾ ਕਰਨਗੇ। ਸੋ ਇਸ ਢੰਗ ਦੇ ਨਾਲ, ਕਿਉਂਕਿ ਸੇਵਾ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਕੋਈ ਯਤਨ ਕਰੀਏ, ਕੋਈ ਅਸੀਂ ਫਰਜ਼ ਪੂਰੇ ਕਰੀਏ, ਸੋ ਮੈਂ ਸਮਝਦੀ ਹਾਂ ਕਿ ਗੁਰੂ ਰਾਮਦਾਸ ਮੈਡੀਕਲ ਕਾਲਜ ਦਾ ਪੂਰਾ ਸਟਾਫ, ਭਾਵੇਂ ਉਹ ਪ੍ਰਿੰਸੀਪਲ ਸਾਹਿਬ ਨੇ, ਭਾਵੇਂ ਵਾਈਸ ਚਾਂਸਲਰ ਹੈ, ਭਾਵੇਂ ਕੋਈ ਸਾਡਾ ਟੀਚਿੰਗ ਸਟਾਫ ਹੈ, ਭਾਵੇਂ ਡਾਕਟਰਸ ਨੇ, ਇਕੱਲਾ ਇਕੱਲਾ ਇਸ ਵੇਲੇ ਪੂਰਾ ਤਤਪਰ ਹੋ ਕੇ ਲੱਗਾ ਹੋਇਆ ਕਿ ਅਸੀਂ ਕਰੋਨਾ ਦੀ ਫਾਈਟ ਕਿੱਦਾਂ ਦੇਣੀ, ਕਰੋਨਾ ਨੂੰ ਫਾਈਟ ਕਿੱਦਾਂ ਦੇਣੀ। ਸੋ ਮੈਂ ਆਪਣੇ ਸਾਰੇ ਸਟਾਫ ਮੈਂਬਰਸ ਦਾ ਧੰਨਵਾਦ ਕਰਦੀ ਹਾਂ, ਅਤੇ ਨਾਲ ਜਿਹੜੇ ਸਹਿਯੋਗ ਦੇ ਰਹੇ ਹੈ ਵੀ ਵੱਖ ਵੱਖ ਢੰਗ ਨਾਲ, ਮੈਂ ਹਰ ਇੱਕ ਨੂੰ ਕਹਿ ਰਹੀ ਹਾਂ ਕਿ ਸਾਨੂੰ ਕਿਸੇ ਢੰਗ ਨਾਲ ਡਾਕਟਰਸ ਨਰਸਸ ਨਾਲ ਸਾਥ ਲਓ, ਅਤੇ ਉਹਨਾਂ ਨਾਲ ਅਸੀਂ ਰਲ ਕੇ ਇਹ ਸਾਰਾ ਕੰਮ ਕਰ ਸਕੀਏ। ਸੋ ਮੈਂ ਸਮਝਦੀ ਹਾਂ ਕਿ
ਇਹ ਮਨੁੱਖਤਾ ਦੀ ਸੇਵਾ, ਮਾਨਵਤਾ ਦੀ ਸੇਵਾ ਸਾਡੇ ਵਾਸਤੇ ਬਹੁਤ ਕੀਮਤੀ ਹੈ। ਇਹ ਸਾਡਾ ਬੜਾ ਮੈਂ ਸਮਝਦੀ ਭਾਵੇਂ ਹੈ ਤੇ ਸਾਰਾ ਕੁਝ ਪਰਮਾਤਮਾ ਦੇ ਹੱਥ 'ਚ ਹੈ, ਪਰ ਨਾਲ ਨਾਲ ਸਿਮਰਨ ਕਰਨਾ। ਇਹ ਗੁਰਦੁਆਰਿਆਂ 'ਚ ਖੋਲਣ ਦਾ ਮਤਲਬ ਇਹ ਹੈ ਕਿ ਸਰਵ ਰੋਗ ਦਾ ਔਖਦ ਨਾਮ, ਉੱਥੇ ਸਾਰਾ ਦਿਨ ਬਾਣੀ ਚੱਲਦੀ ਹੈ, ਸਾਰਾ ਦਿਨ ਕੀਰਤਨ ਚੱਲਦਾ ਹੈ, ਸਾਰਾ ਦਿਨ ਜਿਹੜਾ ਮਰੀਜ਼ ਹੈ ਨਾਲੇ ਬਾਣੀ ਸੁਣਦਾ, ਕੀਰਤਨ ਸੁਣਦਾ, ਨਾਲੇ ਜਾ ਕੇ ਗੁਰੂ ਘਰ ਦੇ ਵਿੱਚੋਂ ਸ਼ਬਦੀ ਵਿਚਾਰ ਵੀ ਲੈਂਦਾ। ਉੱਥੇ ਬੈਠ ਕੇ ਭਾਵੇਂ ਅੰਦਰ ਨਹੀਂ ਜਾ ਸਕਦੇ ਕਿਉਂਕਿ ਕੋਰੋਨਾ ਦੇ ਮਰੀਜ਼ ਨੂੰ ਬਹੁਤਾ ਸੰਗਤ ਵਿੱਚ ਨਹੀਂ ਜਾਣ ਦੇਣਾ ਚਾਹੁੰਦੇ, ਵੱਖਰੇ ਰਸਤੇ ਬਣਾਏ ਹੈ, ਵੱਖਰਾ ਸਾਰਾ ਪ੍ਰਬੰਧ ਕੀਤਾ ਗਿਆ, ਵੱਖਰੇ ਲੰਗਰ ਦਾ ਪ੍ਰਬੰਧ ਕੀਤਾ ਗਿਆ, ਪੂਰੀ ਡਾਇਟ ਜੋ ਡਾਕਟਰ ਸਾਨੂੰ ਦੱਸਦੇ ਆ ਉਹਦੇ ਅਨੁਸਾਰ ਡਾਇਟ ਦਿੱਤੀ ਜਾਂਦੀ। ਸੋ ਇਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਇਹਨਾਂ ਨੂੰ ਸਟਰੈਂਥਨਿੰਗ ਕਰਾਂਗੇ, ਹੋਸਪਿਟਲ ਨੂੰ ਅਸੀਂ ਬੜਾ ਸਟਰੈਂਥਨਿੰਗ ਕਰ ਰਹੇ ਹਾਂ ਆਉਣ ਵਾਲੇ ਸਮੇਂ 'ਚ, ਕਿਉਂਕਿ ਇਹ ਬਿਮਾਰੀ ਸਰਕਾਰ ਵੀ ਕਹਿ ਰਹੀ ਹੈ ਕਿ ਮਗਰੋਂ ਨਹੀਂ ਲੈਣ ਵਾਲੀ, ਜੇ ਅਜੇ ਤੀਜਾ ਫਿਰ ਪੜਾ ਆਏਗਾ, ਕਿਉਂਕਿ ਸਰਕਾਰਾਂ ਕਹਿੰਦੀਆਂ ਨੇ, ਜੇ ਸਰਕਾਰਾਂ ਕਹਿੰਦੀਆਂ। ਪਰ ਅਫਸੋਸ ਹੈ ਕਿ ਸਰਕਾਰਾਂ ਆਪ ਯਤਨਸ਼ੀਲ ਨਹੀਂ ਕਿ ਕਿਸੇ ਢੰਗ ਨਾਲ ਲੋਕਾਂ ਨੂੰ, ਜੇ ਅੱਜ ਬੈੱਡ ਨਹੀਂ ਮੁਹੱਈਆ ਹੋ ਰਹੇ, ਵੈਂਟੀਲੇਟਰ ਨਹੀਂ ਮਿਲ ਰਹੇ, ਡਾਕਟਰ ਨਹੀਂ ਮਿਲ ਰਹੇ, ਇਹਨੂੰ ਕਿੱਦਾਂ ਪੂਰਤੀ ਕਰਨੀ ਹੈ। ਇਸ ਪਾਸੇ ਵੱਲ ਧਿਆਨ ਕਿਸੇ ਦਾ ਨਹੀਂ ਹੈਗਾ। ਸੋ ਅਸੀਂ, ਕਿਉਂਕਿ ਜਿੰਨੇ ਕੁ ਸਾਡੇ ਕੋਲ ਯਤਨ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਟੈਂਪਰੇਰੀ ਤੌਰ ਦੇ ਉੱਤੇ ਮਾਸਕ ਜਿਹੜਾ ਅਸੀਂ ਉਹ ਕਰ ਰਹੇ ਹਾਂ ਸੇਵਾ, ਫਸਟ ਏਡ ਦੇ ਰਹੇ ਹਾਂ, ਕਿਉਂਕਿ 85 ਤੋਂ ਉੱਪਰ ਜਿਹੜੀ ਪੂਰੀ ਥੱਲੇ ਨਾ ਆਵੇ ਉਹਦੀ ਆਕਸੀਜਨ, ਉਹਨੂੰ ਅਸੀਂ ਹਵਾ ਦੇ ਵਿੱਚ ਆਕਸੀਜਨ ਪੈਦਾ ਕਰਕੇ ਉਹ ਦਿੰਦੇ ਹਾਂ, ਕੋਈ ਸਿਲੰਡਰ ਨਹੀਂ ਵਰਤ ਰਹੇ, ਕੋਈ ਵੇਸਟੇਜ ਨਹੀਂ ਕਰ ਰਹੇ। ਪਰ ਅਸੀਂ ਆਪਣੇ ਹੋਸਪਿਟਲ ਨੂੰ ਵੀ ਇੰਨਾ ਕੁ ਸਟਰੈਂਥਨਿੰਗ ਕਰਾਂਗੇ ਕਿ ਜੇ ਸਾਡੇ ਅੱਜ ਕੋਈ 26 ਵੈਂਟੀਲੇਟਰ ਕੰਮ ਕਰ ਰਹੇ, ਆਉਣ ਵਾਲੇ ਥੋੜ੍ਹੇ ਦਿਨਾਂ 'ਚ ਜਿੱਦਣ ਸਾਡੀ ਲਿਕੁਇਡ ਆਕਸੀਜਨ ਆ ਗਈ ਜਾਂ ਸਾਡੇ ਸਾਰੇ ਜਿਹੜੇ ਜਨਰੇਟਰ ਆਕਸੀਜਨ ਜਨਰੇਟਰ ਪਹੁੰਚ, ਮੇਰੇ ਖਿਆਲ 1-1.5 ਹਫ਼ਤੇ 'ਚ ਪਹੁੰਚ ਰਹੇ, ਜਿਸ ਦਿਨ ਸਾਡੇ ਕੋਲ ਆ ਗਏ, ਇਹ ਹਿਸਾਬ ਲਾਓ ਕਿ ਅਸੀਂ ਉਹ ਸਾਰਾ ਜਿਹੜਾ ਅਸੀਂ ਆਪਣੇ ਹਸਪਤਾਲ ਦੇ ਵਿੱਚ ਪੂਰਾ ਸਟਰੈਂਥਨਿੰਗ ਕਰ ਦਾਂਗੇ, 100-150 ਬੈੱਡ ਦਾ ਸਾਡਾ ਉਹ ਚੱਲ ਪਏਗਾ। ਸੋ ਲੋੜ ਅੱਜ ਕੀ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਸਰਕਾਰ ਨੂੰ ਚਾਹੀਦਾ, ਬਾਕੀ ਸਾਰੇ ਕੰਮ ਛੱਡ ਦੇਵੇ, ਕੀਤਾ ਤਾਂ ਕੋਈ ਹੈ ਨਹੀਂ, ਨਾ ਕੋਈ ਡਿਵੈਲਪਮੈਂਟ ਦਾ, ਨਾ ਕੋਈ ਐਜੂਕੇਸ਼ਨ ਦਾ, ਨਾ ਕੋਈ ਹੈਲਥ ਦਾ, ਨਾ ਕੋਈ ਨੌਕਰੀਆਂ ਦਾ, ਨਾ ਕੋਈ ਕਿਸੇ ਕੰਮ ਦਾ। ਪਰ ਜੇ ਨਹੀਂ ਵੀ ਕੀਤਾ ਸੀਗਾ, ਅੱਜ ਇਸ ਸਮੇਂ ਦੇ ਉੱਤੇ ਜੇ ਸੰਕਟ ਆਇਆ, ਇਸ ਸਮੇਂ ਦੇ ਉੱਤੇ ਸਰਕਾਰ ਨੂੰ ਚਾਹੀਦਾ ਸੀ ਘੱਟੋ ਘੱਟ ਹਰ ਜ਼ਿਲ੍ਹੇ ਦੇ ਵਿੱਚ 50 ਬੈੱਡ ਜਾਂ 100 ਬੈੱਡ ICU ਤਿਆਰ ਕਰਕੇ ਲੋਕਾਂ ਨੂੰ ਇਹ ਸਹੂਲਤ ਦਿੰਦੇ, ਤਾਂ ਜੋ ਲੋਕਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਜੋ